ਭੰਡਾਰਾ ਆਊਗਾ ਦਿੱਲੀ ਦੇ ਕਵਾਲ ਨੇ ਫਿਰੋਜ਼ ਖਾਨ ਸਾਬਰੀ ਉਹ ਸਰਕਾਰ ਦੇ ਗੁਣਗਾਨ ਕਰਨਗੇ ਸਾਰੀ ਰਾਤ ਮਸਤੀ ਲਵਾਂਗੇ ਆਈਓ ਨਾ ਆਈਓ ਬੇਸ਼ੱਕ ਨਾ ਆਈਓ ਪਰ ਜੇ ਆਉਣਾ ਤਾਂ ਦੋ ਢਾਈ ਘੰਟਾ ਨਹੀਂ ਸਭ ਕੁਛ ਭੁੱਲ ਕੇ ਆਈਓ ਤਿੰਨ ਘੰਟੇ ਮਸਤੀ ਲਵਾਂਗੇ ਉਹਦੇ ਨਾਮ ਦੀ ਬਸ ਇੱਕ ਤੂੰ ਓਵੇਂ ਇੱਕ ਮੈਂ ਹੋਵਾਂ ਇੱਕ ਚੌਂਕੀ ਵਾਲੀ ਰਾਤ ਹੋਵੇ ਹੋਰ ਕੋਈ ਯਾਦ ਹੀ ਨਹੀਂ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਕੱਲ੍ਹ ਉਹਨੂੰ ਪੈਸੇ ਦੇਣੇ ਦੁਕਾਨ ਕਿਹਨੇ ਖੋਲਣੀ ਹੈ ਕਿਹਨੇ ਕੀ ਕਰਨਾ ਤਿੰਨ ਘੰਟੇ ਸਭ ਭੁੱਲ ਜਾਓ ਤੁਸੀਂ ਤਿੰਨ ਘੰਟੇ ਲਈ ਭੁੱਲੋਗੇ ਮੁੜ ਕੇ ਸਾਰੀ ਉਮਰ ਭੁਲਾਉਣ ਦੀ ਮੇਰੀ ਜ਼ਿੰਮੇਵਾਰੀ ਰਹੀ ਹੋਰ ਦੱਸੋ ਮੈਂ ਭੁਲਾ ਕੇ ਦਊਂਗਾ ਤੁਹਾਨੂੰ ਜਿਹੜਾ ਵੀ ਕੰਮ ਮਨ ਚ ਸੋਚ ਕੇ ਆਇਓ ਬੇਸ਼ੱਕ ਆਪਣੇ ਮੋਬਾਈਲ 'ਚ ਵੀਡੀਓ ਬਣਾ ਲਓ ਮੇਰੀ ਇਸ ਟਾਈਮ ਕੋਈ ਦਿੱਕਤ ਨਹੀਂ ਮੈਨੂੰ ਜਿਹੜਾ ਵੀ ਕੰਮ ਆਪਣੇ ਮਨ ਚ ਸੋਚ ਕੇ ਆਇਓ ਤੁਹਾਡਾ ਮੇਰਾ ਵਾਅਦਾ ਹੈ ਅੱਜ 4 ਦਸੰਬਰ ਹੈ ਤੁਹਾਡੇ ਨਾਲ ਵਾਅਦਾ ਕਰਦਾ ਹਰ ਕੰਮ ਕਰਵਾ ਕੇ ਦੇਊਂਗਾ ਜੋ ਜਾਇਜ਼ ਕੰਮ ਹੋਊਗਾ ਨਜਾਇਜ਼ ਨਹੀਂ ਜਾਇਜ਼ ਕੰਮ ਜਿਹੜਾ ਵੀ ਕਹੋਗੇ ਬਾਬਾ ਜੀ ਮੇਰਾ ਕੰਮ ਨਹੀਂ ਹੋ ਰਿਹਾ ਪਰ ਜਾਇਜ਼ ਹੋਵੇ ਤੇ ਫਿਰ ਕਹਿ ਰਿਹਾ ਜਾਇਜ਼ ਹੋਵੇ ਹਰ ਹੱਥ 'ਚ ਕਰਵਾ ਕੇ ਦੇਊਂਗਾ ਬਸ ਦੁਆ ਇੱਕੋ ਹੀ ਕਰ ਰਹੀ ਹੈ ਕਿ ਸਰਕਾਰ ਜਿੰਨੀ ਸੰਗਤ ਆਈ ਹੈ ਸਭ ਦੀਆਂ ਜਾਇਜ਼ ਮਨੋਕਾਮਨਾ ਪੂਰੀਆਂ ਇਹ ਨਾ ਕਹੀ ਵੀ ਮੇਰਾ ਕੰਮ ਬਣੇ ਆਪਣਾ ਕੰਮ ਬਣਤਾ ਭੜ ਮੇ ਜਾਏ ਬਾਬਾ ਮੇਰੇ ਗੋਡੇ ਠੀਕ ਕਰਦੇ ਦਰਾਣੀ ਦੇ ਹੋਣ ਨਾ ਹੋਣ ਜੇਠਾਣੀ ਦੇ ਹੋਣ ਨਾ ਹੋਣ ਆਪਾਂ ਕਹਿੰਦਾ ਤੂੰ ਜਾ ਸਕਦੇ ਪੂਰੇ ਮਨ ਨਾਲ ਦੁਆ ਕਰੀਏ ਆਓ ਸਰਕਾਰ ਜਿੰਨੀ ਤੇਰੀ ਵਾਰਗਾ 'ਚ ਬੈਠੇ ਨੇ ਇਸ ਟਾਈਮ ਆਸ਼ਕ ਨੇ ਤੇਰੇ ਤੇਰੇ ਨਾਮ ਲੇਵਾ ਨੇ ਇੰਨੀ ਸਰਦੀ ਦੇ ਵਿੱਚ ਦੇਖੋ ਹਾਲ ਫੁੱਲ ਐਂਡ ਤੱਕ ਇੰਨੀ ਸਰਦੀ ਦੇ ਵਿੱਚ ਸਰਕਾਰ ਤੇਰੇ ਕਦਮਾਂ 'ਚ ਬੈਠੇ ਨੇ ਇਹਨਾਂ ਸਭ ਦੀਆਂ ਜਾਇਜ਼ ਮਨੋਕਾਮਨਾ ਪੂਰੀਆਂ ਕਰੀ ਆਓ ਮਨ ਨਾਲ ਅਰਦਾਸ ਕਰੀਏ ਜੈ ਕਰਾ ਬਾਬਾ ਹਰਦੇਵ ਸ਼ੇਖ ਸਰਕਾਰ ਦਾ ਜੈ ਕਰਾ ਸ਼੍ਰੀ ਪ੍ਰੇਮ ਦਾਨ ਸਰਕਾਰ ਦਾ ਹੁਣ ਆਪਾਂ ਕੇਕ ਕੱਟਾਂਗੇ ਇੱਕ ਆਪਣੀ ਆਪਣੀ ਜਗ੍ਹਾ ਤੇ ਬੈਠਣਾ ਸਭ ਨੇ ਕੇਕ ਲਿਆਂਦਾ ਵੀ ਕਿਵੇਂ ਵੈਸੇ ਕਹੀ ਜਾਂਦਾ ਲਿਆਓ ਮੈਂ ਟੇਬਲ ਟੂਬਲ ਇੱਥੇ ਕੁਛ ਲਿਆਓ ਚੱਕ ਲਿਆਓ ਆਪਣਾ ਘਰ ਦਾ ਹੀ ਮਾਲ ਹੈ ਸਾਰੇ ਆਪਣੀ ਨਜ਼ਰ ਬਾਹਰਲਾ ਕੌਣ ਬੈਠਾ ਹੁਣ ਆਪਾਂ ਕੇਕ ਕੱਟਾਂਗੇ ਕੇਕ ਆਪਾਂ ਕਿਉਂ ਕੱਟ ਰਹੇ ਹਾਂ ਫਿਰ ਉਹੀ ਗੱਲ ਕੋਈ ਬਹਾਨਾ ਅੱਜ ਸਰਕਾਰ ਦੇ ਦਰਬਾਰ ਨੂੰ ਪੂਰੇ 14 ਸਾਲ ਹੋਏ ਹੈ ਇਸ ਖੁਸ਼ੀ ਦੇ ਵਿੱਚ ਅੱਜ ਲੇਕਿਨ ਕੰਮ ਚੱਲ ਰਿਹਾ ਸੀਗਾ ਅੰਦਰ ਇਸ ਕਰਕੇ ਬਹੁਤ ਜ਼ਿਆਦਾ ਸਜਾਵਟ ਨਹੀਂ ਹੋ ਪਾਈ ਹੈਗੀ ਲੇਕਿਨ ਅਗਲੇ ਸਾਲ ਆਪਾਂ ਸਾਰੇ ਕੋਸ਼ਿਸ਼ ਕਰਾਂਗੇ ਔਰ ਇੱਕ ਛੋਟੀ ਰਿਕੁਐਸਟ ਮੈਂ ਪਿਛਲੇ ਵਾਰ ਵੀ ਕੀਤੀ ਸੀਗੀ ਕਿ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਦੂਰੋਂ ਹੱਥ ਜੋੜਿਆ ਕਰੋ ਕੋਈ ਪੈਰੀ ਹੱਥ ਨਾਲ ਲਾਇਆ ਕਰੋ ਪਲੀਜ਼ ਮੈਂ ਰਿਕੁਐਸਟ ਕਰਦਾ ਪੈਰੀ ਹੱਥ ਲਾਉਣ ਦੀ ਬਜਾਏ ਨਮਸਤੇ ਰਾਮ ਰਾਮ ਜੋ ਮਰਜ਼ੀ ਬੋਲਿਆ ਕਰੋ ਜੋ ਤੁਹਾਡਾ ਦਿਲ ਕਰਦਾ ਉਹ ਬੋਲੋ ਲੇਕਿਨ ਪੈਰੀ ਹੱਥ ਨਾਲ ਲਾਇਆ ਕਰੋ ਤੁਸੀਂ ਪੈਰੀ ਹੱਥ ਲਾਉਂਦੇ ਹੋ ਲਗਭਗ ਸਾਰੇ ਮੇਰੇ ਤੋਂ ਬੜੀ ਉਮਰ ਦੇ ਹੋ ਬੜਾ ਖੁਸ਼ ਹਾਂ ਮੈਂ ਛੋਟਾ ਤਾਂ ਪਲੀਜ਼ ਖਾਸ ਤੌਰ ਮੇਰੀਆਂ ਮਾਵਾਂ ਵਰਗੀਆਂ ਉਮਰ ਦੇ ਲੇਡੀਜ਼ ਨੇ ਸਾਰੀਆਂ ਪੈਰੀ ਹੱਥ ਲਾਉਣ ਦੀ ਬਜਾਏ ਦੂਰੋਂ ਨਮਸਕਾਰ ਕਰਿਆ ਕਰੋ ਅੱਜ ਸੰਗਤ ਦੇ ਚੌਂਕੇ ਮਨਜ਼ੂਰ ਨੇ ਹੁਣ ਇੱਥੇ ਬੈਠ ਰਹਿਣਾ ਆਪਾਂ ਬੜੇ ਮਨ ਨਾਲ ਕੇਕ ਕੱਟਾਂਗੇ ਸਰਕਾਰ ਦਾ ਲਹਿਰਾ ਪੈਰਾ ਤੈਨੂੰ ਮੌਜ ਲਗਾਈ ਦਾਤਾ ਦੇ ਘਰ ਵਿੱਚ ਲਹਿਰਾ
ਚੰਗਾ ਪਾਈਏ ਰੱਜ ਕੇ ਖਾਈਏ, ਚੰਗਾ ਪਾਈਏ ਰੱਜ ਕੇ ਖਾਈਏ, ਕਿਉਂ ਨਾ ਦਾਤਾ ਦਾ ਸ਼ੁਕਰ ਮਨਾਈਏ, ਕਿਉਂ ਨਾ ਦਾਤਾ ਦਾ ਸ਼ੁਕਰ, ਉਹ ਕਿਉਂ ਨਾ ਦਾਤਾ ਦਾ ਸ਼ੁਕਰ ਮਨਾਈਏ, ਕਿਉਂ ਨਾ ਦਾਤਾ ਦਾ ਸ਼ੁਕਰ ਮਨਾਈਏ, ਸਾਨੂੰ ਕਵੀ ਕੋਈ ਨਾ ਛੱਡੀ, ਸੋਹਣਾ ਲੱਗੇ ਦਰਬਾਰ ਬਾਬਾ ਜੀ।
ਦਰਬਾਰ ਦਾ ਉਹ ਦਿਲ ਪ੍ਰੇਮ ਨਾਮ ਵਿੱਚ ਦਰਬਾਰ ਲੱਗਦਾ ਜਨ ਕਹਾ ਦਾਤਾ ਜਾਇਆਬ ਤਾਬ ਕੋਈ ਉਹ ਤੈਨੂੰ ਜਨ ਕਹਾ ਯਾਦਾ ਜਾਇਆਬ ਤਾਬ ਕੋਈ ਤੂੰ ਫੁੱਲਾਂ ਤੋਂ ਕੋਮ ਸ਼ਾਇਰ ਦਾ ਖਾਬ ਕੋਈ ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖਾਬ ਕੋਈ ਜ਼ਿੰਦਗੀ ਵਿੱਚ ਆਵਣ ਦੀ ਜਿੱਦ ਕਰੀ ਜਾਣ ਅੱਖੀਆਂ ਹੈਦਰ ਨੂੰ ਦੇਖਣ ਦੀ ਜਿੱਦ ਕਰੀ